ਦੇਖੋ ਮੇਰੀ ਗੱਲ ਸੁਣ, ਬੀਜੇਪੀ ਤੇ ਅਕਾਲੀ ਦਲ ਵਾਲੇ ਸਗੋਂ ਇੱਕੋ ਹੀ ਥਾਲੀ ਦੇ ਚਿੱਟੇ ਵੱਟੇ ਨੇ। ਇਹ ਇਹਨਾਂ ਦਾ ਪਿਛਲਾ ਇਤਿਹਾਸ ਹੈ, ਇਹ ਕੋਈ ਨਵੀਂ ਗੱਲ ਨਹੀਂ। ਇਹ ਦੋਨਾਂ ਦੇ ਦਿਲ ਸਾਫ਼ ਹੈ ਨਹੀਂ, ਦੋਨਾਂ ਪਾਰਟੀਆਂ ਦੇ ਦਿਲ ਕਾਲੇ ਨੇ। ਇਹ ਮਤਲਬ ਪ੍ਰਸਤ ਇਹਨਾਂ ਦਾ ਗੱਠਜੋੜ ਟੁੱਟਣਾ ਹੀ ਸੀ। ਜੇ ਕਿਸੇ ਨੂੰ ਲੱਗੇ ਵੀ ਮੈਂ ਲੈ ਜੂੰਗਾ ਸੀਟਾਂ, ਮੈਂ ਲੈ ਜੂੰਗਾ, ਉਦੋਂ ਇਹ ਟੁੱਟ ਜਾਣਗੇ। ਜਦੋਂ ਇਹ ਡਰੇ ਹੋਣਗੇ ਫਿਰ ਇਕੱਠੇ ਰਹਿਣਗੇ। ਹਰਿਆਣੇ 'ਚ ਉਹਦਾ ਹੰਕਾਰ ਆ ਜਿਹੜਾ ਮੋਦੀ ਦਾ ਟੁੱਟ ਜਾਏਗਾ, ਉਹਦੇ ਸਾਹਮਣੇ ਕਾਂਗਰਸ ਸਰਕਾਰ ਬਣੇਗੀ। ਨਾਭਾ ਵਿਖੇ ਰੋਟਰੀ ਕਲੱਬ ਦੀ ਪ੍ਰਧਾਨਗੀ ਦੀ ਤਾਜਪੋਸ਼ੀ ਸਮਾਗਮ ਤੇ ਪੁੱਜੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਤੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਨਵੇਂ ਬਣੇ ਰੋਟਰੀ ਕਲੱਬ ਦੇ ਪ੍ਰਧਾਨ ਰਜਨੀਸ਼ ਮਿੱਤਲ ਸੈਂਟੀ ਨੇ ਨਾਭਾ ਹਲਕੇ ਦੇ ਵੱਖ ਵੱਖ ਅਧਿਆਪਕਾਂ ਤੋਂ ਇਲਾਵਾ ਵੱਖ ਵੱਖ ਖੇਤਰ ਵਿੱਚ ਆਪਣਾ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਨੂੰ ਵੀ ਸਨਮਾਨਿਤ ਕੀਤਾ। ਇਸ ਮੌਕੇ ਤੇ ਸਾਧੂ ਸਿੰਘ ਧਰਮਸੋਤ ਨੇ ਗੱਲਬਾਤ ਕਰਦੇ ਹੋਏ ਅਕਾਲੀ ਦਲ ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਸੁਖਬੀਰ ਸਿੰਘ ਬਾਦਲ ਜਲਾਲਾਬਾਦ ਦੀ ਸੀਟ ਬਚਾ ਲੈਣ। ਉਨ੍ਹਾਂ ਦਾ ਕਹਿਣਾ ਸੀ ਕਿ ਅਕਾਲੀ ਦਲ ਬਾਕੀ ਸੀਟਾਂ ਤੋਂ ਵੀ ਭਾਰੀ ਬਹੁਮਤ ਦੇ ਨਾਲ ਹਾਰ ਪ੍ਰਾਪਤ ਕਰੇਗਾ। ਜ਼ਿਕਰਯੋਗ ਹੈ ਕਿ ਇਸ ਮੌਕੇ ਤੇ ਅਕਾਲੀ ਦਲ ਤੇ ਨਿਸ਼ਾਨੇ ਸਾਧਦੇ ਹੋਏ ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ, ਪਰ ਪੰਜਾਬ ਦੇ DGP ਅਜਿਹਾ ਕੁਝ ਵੀ ਨਹੀਂ ਵਾਪਰਨ ਦੇਣਗੇ। ਔਰ ਸਾਰੇ ਕਲੱਬ ਦੇ ਮੈਂਬਰਾਂ ਸਾਹਿਬਾਨ ਵੱਲੋਂ ਇਹ ਪ੍ਰੋਗਰਾਮ ਲਿਖਿਆ ਗਿਆ, ਬੜੀ ਵੱਡੀ ਖੁਸ਼ੀ ਹੈ, ਕਿਉਂਕਿ ਜਿਨ੍ਹਾਂ ਨੇ ਪਿਛਲੇ ਸਾਲ ਪ੍ਰਧਾਨ ਸੀ ਉਹ ਅੱਜ ਰਿਟਾਇਰ ਹੋਏ ਨੇ, ਉਹ ਅਹੁਦਾ ਛੱਡ ਰਹੇ ਨੇ। ਰਾਜ ਕੁਮਾਰ ਜੀ ਜਤਵਾਨੀ ਜੀ ਔਰ ਰਜਨੀਸ਼ ਕੁਮਾਰ ਮਿੱਤਲ ਸੈਂਟੀ ਜੀ ਜਿਹੜੇ ਪਹਿਲਾਂ ਵੀ ਇੱਕ ਸਾਲ ਪ੍ਰਧਾਨ ਰਹੇ ਨੇ, ਅੱਜ ਫਿਰ ਉਹਨਾਂ ਨੂੰ ਪ੍ਰਧਾਨ ਨਿਯੁਕਤ ਕਰਕੇ ਰਸਮੀ ਤੌਰ 'ਤੇ ਅੱਜ ਉਹ ਆਪਣੀ ਕੁਰਸੀ ਸੰਭਾਲਣਗੇ ਉਹਨਾਂ ਨੂੰ ਵੈਲਕਮ ਕਰਨ ਲਈ। ਇੱਦਾਂ ਹੀ ਮਿਸਟਰ ਭਾਟੀਆ ਜੀ, ਮਨਦੀਪ ਭਾਟੀਆ ਜੀ ਸੈਕਟਰੀ ਨੇ, ਉਹ ਅੱਜ ਅਲਵਿਦਾ ਹੋ ਰਹੇ ਨੇ ਆਪਣੀ ਪੂਰੀ ਟਰਮ ਕਰਕੇ। ਉਹਨਾਂ ਨੂੰ ਵਿਦਾਇਗੀ ਪਾਰਟੀ ਅਤੇ ਨਿਤਿਨ ਜੈਨ ਜੀ ਜਿਹੜੇ ਅੱਜ ਨਵਾਂ ਅਹੁਦਾ ਸੰਭਾਲ ਰਹੇ ਨੇ ਉਹਨਾਂ ਨੂੰ ਵੈਲਕਮ ਕਰਨ ਲਈ, ਮੇਰੇ ਕਹਿਣ ਦਾ ਭਾਵ ਜਿਹੜੇ ਅੱਜ ਜੁਆਇਨ ਕਰ ਰਹੇ ਉਹਨਾਂ ਦਾ ਵੈਲਕਮ ਹੋ ਰਿਹਾ, ਅਤੇ ਜਿਹੜੇ ਅੱਜ ਪੂਰੀ ਟਰਮ ਕਰ ਚੁੱਕੇ ਨੇ ਉਹਨਾਂ ਦੀ ਵਿਦਾਇਗੀ ਪਾਰਟੀ ਹੈ ਅਤੇ ਨਵਿਆਂ ਦੀ ਆਉਣ ਵਾਲੀ ਪਾਰਟੀ ਹੈ। ਸ਼ੁਭ ਕਾਮਨਾਵਾਂ ਮੇਰੇ ਵੱਲੋਂ ਸਾਰੇ ਕਲੱਬ ਵੱਲੋਂ ਨੇ। ਗੁਰੂ ਮਹਾਰਾਜ ਕਿਰਪਾ ਕਰੇ ਇਹ ਕਲੱਬ ਤਕੜਾ ਰਹੇ ਕੰਮ ਕਰਨ 'ਚ, ਇੱਦਾਂ ਜਿਵੇਂ ਪਹਿਲਾਂ ਕਰਦੇ ਨੇ ਉਦੋਂ ਵੀ ਜ਼ਿਆਦਾ ਇਹਨਾਂ 'ਚ ਰੁਚੀ ਰਹੇ ਲੋਕ ਭਲਾਈ ਦੇ ਕੰਮਾਂ 'ਚ, ਔਰ ਇਹ 'ਚ ਰਹਿ ਕੇ ਲੋਕ ਭਲਾਈ ਦੇ ਕੰਮ ਕਰਨ, ਇਹੀ ਮੇਰੀ ਕਾਮਨਾ ਹੈ, ਮੈਂ ਵਧਾਈ ਦਿੰਦਾ ਇਹਨੂੰ। ਦੇਖੋ ਮੇਰੀ ਗੱਲ ਸੁਣ, BJP ਅਤੇ ਅਕਾਲੀ ਦਲ ਵਾਲੇ ਸਗੋਂ ਇੱਕੋ ਹੀ ਥਾਲੀ ਦੇ ਚਿੱਟੇ ਵੱਟੇ ਨੇ। ਇਹ ਮਤਲਬ ਪ੍ਰਸਤੀ ਇਹਨਾਂ ਦਾ ਗੱਠਜੋੜ ਹੁੰਦਾ, ਜਦੋਂ ਵੀ ਇੱਕ ਧਿਰ ਨੂੰ ਲੱਗੇ, ਜਿਵੇਂ BJP ਨੂੰ ਹੰਕਾਰ ਚਾ ਕੇ ਲੱਗਿਆ ਵੀ ਅਸੀਂ ਤਾਂ ਜਿੱਤੇ ਪਏ ਅਕਾਲੀਆਂ ਦੀ ਕੋਈ ਜ਼ਰੂਰਤ ਨਹੀਂ, ਇੱਦਾਂ ਹੀ ਜਦੋਂ ਅਕਾਲੀਆਂ ਨੂੰ ਲੱਗੇ ਵੀ ਅਸੀਂ ਜਿੱਤੇ ਪਏ ਇਹਨਾਂ ਦੀ ਜ਼ਰੂਰਤ ਨਹੀਂ। ਤੁਸੀਂ ਇਤਿਹਾਸ ਹੈ, ਜਦੋਂ ਕਿਸੇ ਦੀ ਜ਼ਰੂਰਤ ਨਹੀਂ ਸਮਝਦੇ ਨਾ, ਉਦੋਂ ਅਕਾਲੀ ਦਲ ਵਾਲੇ ਕਹਿੰਦੇ ਹੁੰਦੇ ਹੈ ਟੋਪੀ ਧੋਤੀ ਟੋਪੀ ਜਮਨਾ ਪਾਰ, ਅਤੇ ਜਦੋਂ BJP ਨੂੰ ਚੰਗਾ ਲੱਗਦਾ ਸੀ ਇਤਿਹਾਸ ਇਹ ਕਹਿੰਦੇ ਰਹੇ ਨੇ, ਨਾਰਾ ਸਟੇਜਾਂ ਦਿੰਦੇ ਸੀ, ਕੰਘਾ ਕੱਛ ਕੜਾ ਕਿਰਪਾਨ ਧੱਕ ਦਿਆਂਗੇ ਪਾਕਿਸਤਾਨ ਪਾਕਿਸਤਾਨ। ਇਹ ਇਹਨਾਂ ਦਾ ਪਿਛਲਾ ਇਤਿਹਾਸ ਹੈ, ਇਹ ਕੋਈ ਨਵੀਂ ਗੱਲ ਨਹੀਂ। ਇਹ ਦੋਨਾਂ ਦੇ ਦਿਲ ਸਾਫ਼ ਹੈ ਨਹੀਂ, ਦੋਨਾਂ ਪਾਰਟੀਆਂ ਦੇ ਦਿਲ ਕਾਲੇ ਨੇ। ਇਹ ਮਤਲਬ ਪ੍ਰਸਤ ਇਹਨਾਂ ਦਾ ਗੱਠਜੋੜ ਟੁੱਟਣਾ ਹੀ ਸੀ। ਇਹ ਹਮੇਸ਼ਾ ਸਰਕਾਰ ਦਾ ਕੰਮ ਹੁੰਦਾ, DGP ਸਰਕਾਰ ਦੇ ਅੰਡਰ ਹੈ, ਗੌਰਮਿੰਟ ਸਮਝਦੇ ਹੋ, ਗੌਰਮਿੰਟ ਦਾ ਮਤਲਬ ਇਹ ਹੈ ਜਿਹੜੀ ਮਿੰਟ ਮਿੰਟ 'ਤੇ ਗੌਰ ਕਰੇ, ਗੌਰਮਿੰਟ ਮਤਲਬ ਮਿੰਟ ਮਿੰਟ 'ਤੇ ਜਿਹੜੀ ਗੌਰ ਕਰਦੀ ਹੈ ਉਹ ਗੌਰਮਿੰਟ ਹੈ। ਕੈਪਟਨ ਅਮਰਿੰਦਰ ਸਿੰਘ ਦੀ ਗੌਰਮਿੰਟ ਸਰਕਾਰ 'ਚ DGP ਵੀ ਪੱਬਾਂ ਪਾ ਰਹੇ, ਹੋਰ ਮਹਿਕਮੇ ਵਾਲੇ ਵੀ ਪੱਬਾਂ ਪਾ ਰਹੇ, ਪੰਜਾਬ ਨੂੰ ਕਿਸ ਪੱਖਿਓਂ ਡਾਊਨ ਨਾ ਹੋਣ ਦਿੱਤਾ ਜਾਵੇ, ਪੰਜਾਬ ਨੂੰ ਤਰੱਕੀ ਲਈ ਪੰਜਾਬ ਦੇ ਲੋਕਾਂ ਦੀ ਰਾਖੀ ਲਈ ਹਮੇਸ਼ਾ ਤਤਪਰ ਹੈ। ਪਹਿਲਾਂ ਹਾਂ ਉਹਨਾਂ ਦੇ ਜਦੋਂ ਜਮਾਨਤਾਂ ਜ਼ਬਤ ਹੋਣਗੀਆਂ ਫਿਰ ਪਤਾ ਚੱਲੇਗਾ। ਔਰ ਉਹਨਾਂ ਦੇ ਪਿਛਲਾ ਜਿੱਦਣ ਦੀ ਸਰਕਾਰ ਬਣੀ ਹੈ ਕੋਈ ਜ਼ਿਮਨੀ ਚੋਣ ਜਿੱਤੀ ਉਹਨਾਂ ਨੇ, ਉਹਨਾਂ ਦੀ ਸ਼ਾਹਕੋਟ ਸੀ ਜ਼ਿਮਨੀ ਚੋਣ, ਕਦੇ ਕਾਂਗਰਸ ਨੇ ਜਿੱਤੀ ਨਹੀਂ ਸੀ, ਪਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕੰਮ ਇੰਨਾ ਵਧੀਆ ਕੀਤਾ, 40,000 ਤੇ ਉਹ ਜਿੱਤੀ ਹੈ। ਔਰ 22 ਇਲੈਕਸ਼ਨ ਹੋਈ ਗੁਰਦਾਸਪੁਰ BJP ਦੀ ਸੀ, 2,00,000 ਤੇ ਜਿੱਤੀ ਸੀ। ਇਹ ਜ਼ਿਮਨੀ ਚੋਣ 'ਚ ਜਿਹੜਾ ਇਹ ਲੇਖਾ ਜੋਖਾ ਹੁੰਦਾ ਸਰਕਾਰ ਦੇ ਕੰਮਾਂ ਦਾ ਵੀ ਸਰਕਾਰ ਨੇ ਕੀ ਕੀਤਾ, ਔਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਜਦੋਂ ਕਿ ਹਿੰਦੁਸਤਾਨ 'ਚ BJP ਦੀ ਸਰਕਾਰ ਹੋਵੇ, ਸਾਡੇ ਨਾਲ ਮਤਰੇਈ ਮਾਂ ਵਰਗਾ ਪੰਜਾਬ 'ਚ ਸਰੂਕ ਹੋਵੇ, ਕੋਈ ਫੰਡ ਨਾ ਦਿੱਤੇ ਜਾਣ, ਆਪਣੇ ਬਲਬੂਤੇ ਦੇ
ਭਾਵੇਂ ਕਿਸਾਨਾਂ ਦਾ ਕਰਜ਼ਾ ਹੋਵੇ ਭਾਵੇਂ ਗਰੀਬਾਂ ਦਾ ਕਰਜ਼ਾ ਹੋਵੇ 50,000 ਤੱਕ ਦਾ ਮਾਫ ਕੀਤਾ ਹੈ। ਇਹਦੇ ਮੱਦੇਨਜ਼ਰ ਹੀ ਗੁਰੂ ਮਹਾਰਾਜ ਕਿਰਪਾ ਕਰੇ ਤੁਸੀਂ ਦੇਖਿਓ ਆਹ ਜਿਹੜੀ ਜਲਾਲਾਬਾਦ ਦਾ ਬਹੁਤ ਹੰਕਾਰ ਚੜ੍ਹਿਆ ਨਾ ਉਹਨੂੰ ਜਿਤਾ ਲੈਣ ਪਹਿਲਾਂ ਚਾਰ ਦੀਆਂ ਚਾਰ ਸੀਟਾਂ ਜਿੱਤਣੀਆਂ ਨੇ ਡੰਕੇ ਦੀ ਚੋਟ ਨਾਲ ਤਾਂ ਖੇਰੂ ਖੋਰੂ ਨੇ ਤਾਂ ਪਤਾ ਹੀ ਲੱਗਦਾ ਜਦੋਂ ਦੋਨੋਂ ਡਰੇ ਹੋਣਗੇ ਵੀ ਕੋਈ ਵੀ ਨਹੀਂ ਜਿੱਤਦਾ ਫਿਰ ਇਕੱਠੇ ਹੋਣਗੇ ਜੇ ਕਿਸੇ ਨੂੰ ਲੱਗੇ ਵੀ ਮੈਂ ਲੈ ਜੂੰਗਾ ਸੀਟਾਂ ਮੈਂ ਲੈ ਜੂੰਗਾ ਉਦੋਂ ਇਹ ਟੁੱਟ ਜਾਣਗੇ ਜਦੋਂ ਇਹ ਡਰੇ ਹੋਣਗੇ ਫਿਰ ਇਕੱਠੇ ਰਹਿਣਗੇ। ਹਰਿਆਣੇ 'ਚ ਉਹਦਾ ਹੰਕਾਰ ਆ ਜਿਹੜਾ ਮੋਦੀ ਦਾ ਟੁੱਟ ਜਾਏਗਾ ਤੁਹਾਡੇ ਸਾਹਮਣੇ ਹੈ ਕਾਂਗਰਸ ਸਰਕਾਰ ਬਣਾਈ ਉੱਥੇ। ਇਹ ਅੱਜ ਸਾਡੇ ਰੋਟਰੀ ਕਲੱਬ ਦਾ ਇੰਸਟਾਲੇਸ਼ਨ ਫੰਕਸ਼ਨ ਹੈ। ਹਰ ਸਾਲ ਪ੍ਰਧਾਨ ਇੱਥੇ ਚੇਂਜ ਹੁੰਦਾ ਇੱਕ ਜੋ ਸਿਸਟਮ ਹੈ ਰੋਟਰੀ ਦਾ ਇੰਟਰਨੈਸ਼ਨਲ ਰੂਲਸ ਹੈ ਉਹਦੇ ਮੁਤਾਬਕ ਮੈਨੂੰ ਰੋਟਰੀ ਕਲੱਬ ਜੋ ਇੱਕ ਸਮਾਜ ਦਾ ਕਲੱਬ ਹੈ ਜੋ ਕਿ ਸੇਵਾ ਦਾ ਸੰਸਥਾ ਇੱਕ ਉਹਦੇ ਵਿੱਚ ਇੱਕ ਮੈਨੂੰ ਦੂਸਰੀ ਵਾਰ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਹੈ ਅਤੇ ਅੱਜ ਇੱਥੇ ਸਾਡੇ ਕੈਬਨਿਟ ਦੇ ਵਜ਼ੀਰ ਸਰਦਾਰ ਸਾਧੂ ਸਿੰਘ ਧਰਮਸੋਤ ਜੀ ਉਹ ਚੀਫ ਗੈਸਟ ਨੇ ਅਤੇ ਸਾਡੇ ਵਿਜੇ ਗੁਪਤਾ ਜੀ ਜਿਹੜੇ ਹੈਗੇ ਨੇ ਪੀ ਡੀ ਜੀ ਅਤੇ ਉਹ ਸਾਡੇ ਇੱਥੇ ਦੇ ਗੈਸਟ ਆਫ ਓਨਰ ਨੇ। ਸਾਰਾ ਰੋਟਰੀ ਕਲੱਬ ਦਿਲ ਦੀਆਂ ਗਹਿਰਾਈਆਂ 'ਚੋਂ ਸਾਰਿਆਂ ਦਾ ਧੰਨਵਾਦ ਕਰਦਾ ਅਤੇ ਨਾਲ ਹੀ ਅੱਜ ਅਸੀਂ ਟੀਚਰ ਅਵਾਰਡ ਸੈਲੀਬ੍ਰੇਸ਼ਨ ਕਰਨ ਜਾ ਰਹੇ ਹਾਂ ਜੋ ਕਿ ਸਾਡੇ ਬੱਚਿਆਂ ਨੂੰ ਸੇਧ ਦਿੰਦੇ ਨੇ ਉਹ ਟੀਚਰ ਨੂੰ ਅਸੀਂ ਇੱਥੇ ਸਨਮਾਨਿਤ ਕਰਨ ਜਾ ਰਹੇ ਹਾਂ। ਰੋਟਰੀ ਦੇ ਜੋ ਏਮਸ ਹੈ ਉਹਨਾਂ ਨੂੰ ਇਹੀ ਪੂਰਾ ਕਰ ਰਹੇ ਹਾਂ। ਕਿਹੜੇ ਕਿਹੜੇ ਭਲਾਈ ਦੇ ਕੰਮ ਨੇ ਜਿਹੜੇ ਤੁਸੀਂ ਮੁੱਦਾ ਚੁੱਕੇ? ਜਿਸ ਦੇ ਵਿੱਚ ਸਾਡੇ ਕਿ ਬਲੱਡ ਡੋਨੇਸ਼ਨ ਕੈਂਪ ਹੈ ਸਾਰੇ ਕਿ ਹਰ ਸਾਲ ਦੋ ਸਾਡੇ ਕੈਂਪ ਲੱਗਦੇ ਨੇ। ਆਈ ਦੇ ਕੈਂਪ ਨੇ ਇੱਥੇ ਇੱਕ ਹੋਸਪਿਟਲ ਖੋਲ੍ਹਿਆ ਹੋਇਆ ਸੀ ਰੋਟਰੀ 'ਚ ਜੋ ਕਿ ਹਰ ਬੁੱਧਵਾਰ ਡਾਕਟਰ ਅਤੁਲ ਕੱਕੜ ਜੀ ਪਟਿਆਲੇ ਤੋਂ ਆਉਂਦੇ ਨੇ ਅਤੇ ਸਾਰੇ ਓਪਰੇਟ ਕਰਦੇ ਹਾਂ। ਉਹ ਫ੍ਰੀ ਆਫ ਕੋਸਟ ਅਸੀਂ ਕਰਵਾਉਂਦੇ ਹਾਂ। ਨਾਲ ਹੀ ਕੰਪਿਊਟਰ ਸੈਂਟਰ ਚੱਲਦਾ, ਇਹਦੇ ਉੱਪਰ ਇੱਕ ਸਿਲਾਈ ਸੈਂਟਰ ਚੱਲਦਾ ਜਾਂ ਜੋ ਬੱਚੇ ਜੋ ਲੇਡੀਜ਼ ਹੈ ਉਹਨਾਂ ਨੂੰ ਕੋਈ ਰੁਜ਼ਗਾਰ ਦੇ ਸਾਧਨ ਮੁਹੱਈਆ ਕਰਾ ਸਕੀਏ। ਨਾਭਾ ਤੋਂ ਸੁਖਚੈਨ ਸਿੰਘ ਲੁਬਾਣਾ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ NRI।